ਸਾਡੇ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਜਨਿੱਗੀ ਸਤਿ ਸ੍ਰੀ ਅਕਾਲ, ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰਿਆਂ ਦੀ ਤੁਹਾਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਜੀ। ਕਿਸਾਨਾਂ ਨੇ ਵਾਪਸੀ ਤੇ ਚਾਲੇ ਪਾਏ ਹੋਏ ਨੇ ਔਰ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਪਰ ਕਿਸਾਨਾਂ ਦਾ ਸਵਾਗਤ ਹੋ ਰਿਹਾ। ਦੇਖੋ ਜੀ, ਬੜੀ ਚੰਗੀ ਗੱਲ ਹੈ, ਕਿਸਾਨਾਂ ਦਾ ਸਵਾਗਤ ਹੋ ਰਿਹਾ। ਕਿਸਾਨ ਜਿਹੜੇ ਜਿੱਤ ਕੇ ਘਰ ਨੂੰ ਆ ਰਹੇ ਆ ਤੇ ਉਹਨਾਂ ਦਾ ਸਵਾਗਤ ਕਰਨਾ ਵੀ ਬਣਦਾ ਤੇ ਸਵਾਗਤ ਹੋ ਵੀ ਬਹੁਤ ਜ਼ਬਰਦਸਤੀ ਚੱਲ ਰਿਹਾ। ਕੱਲ ਨੈਸ਼ਨਲ ਹਾਈਵੇ ਦੇ ਉੱਤੇ ਪੰਜਾਬ ਦੇ ਵਿੱਚ ਚੰਡੀਗੜ੍ਹ ਵਾਲੀ ਸੜਕ ਦੇ ਉੱਤੇ ਮੈਂ ਦੇਖਿਆ ਵੀ ਜਿਹੜੀਆਂ ਸੜਕਾਂ ਉਹ ਬੜੀ ਦੂਰੀ ਤੱਕ ਫੁੱਲ ਪੱਤਿਆਂ ਦੇ ਨਾਲ ਭਰੀਆਂ ਹੋਈਆਂ। ਉਹਦਾ ਕਾਰਨ ਇਹ ਹੈ ਵੀ ਹਰ 100 ਮੀਟਰ 150 ਮੀਟਰ ਤੇ ਟੈਂਟ ਲਾ ਕੇ ਲੰਗਰ ਲਾਇਆ ਹੋਇਆ ਕਿਸਾਨਾਂ ਨੇ ਤੇ ਜਿਹੜੇ ਭੈਣਾਂ ਵੀ ਟਰਾਲੀਆਂ ਦੇ ਉੱਤੇ ਕਾਰਾਂ ਜੀਪਾਂ ਦੇ ਉੱਤੇ ਵਾਪਸ ਪਰਤ ਰਹੇ ਆ ਸਿੰਘੂ ਬਾਰਡਰ ਤੋਂ ਜਾਂ ਟਿੱਕਰੀ ਬਾਰਡਰ ਤੋਂ ਜਾਂ ਕਿਤੋਂ ਵੀ ਹੋਰ ਤੇ ਉਹਨਾਂ ਦੇ ਉੱਤੇ ਫੁੱਲ ਪੱਤੀਆਂ ਸੁੱਟੀਆਂ ਜਾ ਰਹੀਆਂ। ਇਹ ਉਹਨਾਂ ਦਾ ਸਵਾਗਤ ਜਿੰਨੇ ਜ਼ਬਰਦਸਤ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਕਮਾਲ ਦੀ ਗੱਲ ਹੈਗੀ ਆ। ਮਤਲਬ ਇਹ ਵੀ ਸਾਨੂੰ ਜਿੱਤਣ ਦਾ ਚਾਅ ਕਿੰਨਾ। ਜਿਹੜਾ ਟਰੈਕਟਰ ਪਹਿਲੇ ਦਿਨ ਸਭ ਤੋਂ ਮੇਰੇ ਆਇਆ, ਜਿਹੜਾ ਕਿ ਉੱਥੇ ਅਗਵਾਈ ਕਰਕੇ ਆਇਆ, ਉਹਨੂੰ ਕਿਸਾਨਾਂ ਨੇ ਚੁੰਮ ਚੁੰਮ ਕੇ ਉਸ ਟਰੈਕਟਰ ਨੂੰ ਜਿੰਨਾ ਪਿਆਰ ਦਿੱਤਾ, ਉਹ ਵੀ ਇਉਂ ਲੱਗਦਾ ਵੀ ਯਾਰ ਇਹ ਸਾਡੇ ਪਰਿਵਾਰ ਦੇ ਜੀਆਂ ਵਾਂਗੂ ਟਰੈਕਟਰ ਹੋ ਗਏ ਆ, ਇਹੀ ਸਾਡਾ ਸਾਰਾ ਕੁੱਝ ਹੈਗੇ ਆ, ਇਹੀ ਸਾਡਾ ਸਨਮਾਨ ਹੁਣ ਹੈਗੇ ਆ। ਸੋ ਕਹਿਣ ਦਾ ਭਾਵ ਇਹ ਵੀ ਕਿ ਚਾਅ ਜਿਹੜਾ ਉਹ ਬਹੁਤ ਜ਼ਿਆਦਾ ਇਹ ਜ਼ਮੀਨ ਰੱਦ ਹੋਣ ਦਾ। ਕਿਸਾਨਾਂ ਦੇ ਵਿੱਚ ਬੇਹੱਦ ਜੋਸ਼ ਆ ਇਸ ਵੇਲੇ। ਕਿਸਾਨ ਆ ਜਿਹੜੇ ਉਹ ਆਪਣੇ ਭੈਣ ਭਰਾਵਾਂ ਨੂੰ ਬਹੁਤ ਮੁਹੱਬਤ ਦੇ ਰਹੇ ਆ। ਕੱਲ੍ਹ ਮੈਂ ਕੁਛ ਕੁ ਵੀਡੀਓ ਦੇਖੀਆਂ, ਉਹ ਵੀਡੀਓ ਬੜਾ ਭਾਵੁਕ ਕਰਨ ਵਾਲੀਆਂ ਸੀ। ਉਹਨਾਂ ਵੀਡੀਓ ਦੇ ਵਿੱਚ ਕਿਸਾਨ ਆ ਜਿਹੜੇ ਉਹ ਜਿਹੜੀਆਂ ਉੱਥੇ ਦਾਲਾਂ ਬਚ ਗਈਆਂ, ਜਿਹੜਾ ਆਟਾ ਬਚ ਗਿਆ, ਜਿਹੜੀਆਂ ਲੱਕੜਾਂ ਬਚ ਗਈਆਂ, ਇਹ ਸਾਰੀਆਂ ਉੱਥੋਂ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋੜਵੰਦ ਲੋਕਾਂ ਨੂੰ ਦੇ ਰਹੇ ਆ। ਉਹ ਜਿਹੜੀਆਂ ਬੋਰੀਆਂ ਗੱਟੇ ਆ ਜਿਹੜੇ ਦਾਲਾਂ ਦੇ, ਉਹਨਾਂ ਦੇ ਵਿੱਚੋਂ ਕਿਲੋ ਕਿਲੋ ਦੋ ਦੋ ਕਿਲੋ ਦਾਲਾਂ ਜਿਹੜੀਆਂ ਉਹ ਸਾਰਿਆਂ ਨੂੰ ਦਿੱਤੀਆਂ ਜਾ ਰਹੀਆਂ। ਕਿਸਾਨ ਕਹਿੰਦੇ ਵੀ ਅਸੀਂ ਖਾਲੀ ਕਰਕੇ ਭਾਂਡੇ ਬਿਲਕੁਲ, ਤੇ ਫਿਰ ਅਸੀਂ ਵਾਪਸ ਮੁੜਨਾ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਚੀਜ਼ ਆਪਣੇ ਨਾਲ ਲੈ ਕੇ ਨਹੀਂ ਜਾਣੀ। ਅਸੀਂ ਇੱਥੇ ਆਏ ਸੀ, ਜੰਗ ਜਿੱਤ ਕੇ ਚੱਲੇ ਹਾਂ, ਸਾਨੂੰ ਤਾਂ ਫਿਰ ਮਿਲ ਜਾਣਾ, ਅਸੀਂ ਅੰਨ ਪੈਦਾ ਕਰ ਲੈਣਾ, ਪਰ ਜਿਹੜੇ ਆਲੇ ਦੁਆਲੇ ਦੇ ਭੈਣਾਂ ਵੀ ਆ ਇਹਨਾਂ ਦੇ ਲਈ ਅਸੀਂ ਕੁਛ ਸੋਚਦੇ ਰਹੇ ਹਾਂ ਤੇ ਸੋਚਣਾ ਸਾਡਾ ਫਰਜ਼ ਵੀ ਹੈ। ਤੇ ਇਹਨਾਂ ਦੀਆਂ ਗੱਲਾਂ ਹੈਗੀਆਂ। ਇੱਕ ਹੋਰ ਗੱਲ ਮੈਂ ਦੱਸਦਾ ਵੀ ਇਹ ਕਿਸ ਤਰੀਕੇ ਦੇ ਨਾਲ ਜਿੱਤਣ ਦੀ ਖੁਸ਼ੀ ਮਨਾਈ ਜਾ ਰਹੀ ਹੈ। ਕੱਲ੍ਹ ਰਕੇਸ਼ ਟਕੈਤ ਹੋਈ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਪਹੁੰਚੇ। ਬਾਬਾ ਲਾਭ ਸਿੰਘ ਜਿਹੜੇ ਕਿ ਪਿਛਲੇ 1 ਸਾਲ ਤੋਂ ਮਟਕਾ ਚੌਂਕ ਦੇ ਵਿੱਚ ਧਰਨੇ ਦੇ ਉੱਤੇ ਬੈਠੇ ਸੀ ਖੇਤੀ ਕਾਨੂੰਨਾਂ ਦੇ ਖਿਲਾਫ, ਉਹਨਾਂ ਨੇ ਜਾ ਕੇ ਉਹਨਾਂ ਨੂੰ ਜੱਫੀ ਪਾ ਕੇ ਤੇ ਉਹਨਾਂ ਦਾ ਜਿਹੜਾ ਹੈਗਾ ਭੁੱਖ ਹੜਤਾਲ ਜਾਂ ਕਹਿ ਦਈਏ ਪ੍ਰਦਰਸ਼ਨ ਉਹਨਾਂ ਦਾ ਸਮਾਪਤ ਕਰਵਾਇਆ। ਇੱਕ ਕਿਸਾਨ ਆ ਜਿਹਨੇ ਕਿ ਪਿਛਲੇ 1 ਸਾਲ ਤੋਂ ਜਿੱਤੀ ਨਹੀਂ ਸੀ ਪਾਈ, ਉਹਨੇ ਗੱਲ ਕਹੀ ਸੀ ਕਿ ਮੈਂ ਉਦੋਂ ਆਪਣੇ ਪੈਰ ਆ ਜਿਹੜੇ ਉਹ ਧੱਕੂਗਾ, ਮੈਂ ਉਦੋਂ ਜਿੱਤੀ ਜਾਂ ਚੱਪਲ ਪਾਊਂ ਜਦੋਂ ਇਹ ਕਾਨੂੰਨ ਰੱਦ ਹੋ ਗਿਆ, ਭਾਵੇਂ 5 ਸਾਲਾਂ ਨੂੰ ਰੱਦ ਹੋਣ ਤੇ ਭਾਵੇਂ ਇਹ ਹੁਣ 20 ਸਾਲਾਂ ਨੂੰ ਰੱਦ ਤੇ ਭਾਵੇਂ ਹੁਣ 2 ਸਾਲਾਂ ਨੂੰ। ਤੇ ਜੇ ਮੇਰੀ ਜ਼ਿੰਦਗੀ ਦੇ ਵਿੱਚ ਨਾ ਰੱਦ ਹੋਏ ਤਾਂ ਮੈਂ ਕਦੇ ਜ਼ਿੰਦਗੀ ਵਿੱਚ ਜਿੱਤੀ ਨਹੀਂ ਪਾਉਂਦਾ। ਉਹਦੇ ਕੱਲ੍ਹ ਰਕੇਸ਼ ਟਕੈਤ ਹੋਰਾਂ ਨੇ ਜਾ ਕੇ ਜਿੱਤੀ ਪਵਾਈ ਹੈ। ਤੇ ਇੱਦਾਂ ਦਾ ਇਹ ਜੋਸ਼ ਵਾਲਾ ਮਾਹੌਲ ਆ, ਇਹ ਕਮਾਲ ਦਾ ਇੱਕ ਮੌਕਾ ਹੈਗਾ ਵੀ ਜਿਹਨੂੰ ਦੇਖ ਕੇ ਮੌਕਾ ਬਣਦਾ, ਜਿਹਨੂੰ ਕਿ ਆਪਾਂ ਇਹਦਾ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਦੇ ਵਿੱਚ, ਤੇ ਬਹੁਤ ਖੁਸ਼ੀ ਦੀ ਬਹੁਤ ਤਸੱਲੀ ਦੀ ਗੱਲ ਹੈਗੀ ਹੈ। ਜੀ ਬਿਲਕੁਲ। ਔਰ ਇੱਕ ਹੋਰ ਜਿਹੜੀ ਵੀਡੀਓ ਸਾਹਮਣੇ ਆਈ ਹੈ ਟਾਣਾ ਸਾਹਿਬ, ਉਹਨੇ ਸਾਰਿਆਂ ਨੂੰ ਸੱਚੀ ਖੁਸ਼ ਕਰ ਦਿੱਤਾ ਹੈ ਕਿ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਆਉਣ ਤੋਂ ਬਾਅਦ ਕਿਸਾਨ ਉੱਥੇ ਸਫਾਈ ਦਾ ਕੰਮ ਵੀ ਕਰਵਾ ਰਹੇ ਨੇ ਔਰ ਸਫਾਈ ਦਾ ਕੰਮ ਜੰਗੀ ਪੱਧਰ ਦੇ ਉੱਪਰ ਜਾਰੀ ਹੈ ਜੀ। ਦੇਖੋ, ਇਹ ਕਰਨਾ ਬਹੁਤ ਜ਼ਰੂਰੀ ਸੀ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਸਾਡੇ ਜਿਹੜੇ ਭੈਣਾਂ ਵੀਰ ਆ ਉਹਨਾਂ ਨੇ ਇਸ ਕੰਮ ਨੂੰ ਨਿਬੇੜਿਆ। ਤੇ ਹਾਲੇ ਵੀ ਉੱਥੇ ਜਦੋਂ ਆਪਾਂ ਅੱਜ ਇਹ ਖ਼ਬਰਾਂ ਦੀ ਸਾਂਝ ਪਾ ਰਹੇ ਹਾਂ, ਕੁੱਝ ਕੁ ਜਿਹੜੇ ਵਲੰਟੀਅਰ ਆ ਉਹ ਹਾਲੇ ਵੀ ਉੱਥੇ ਸਫਾਈ ਦੇ ਕੰਮ ਦੇ ਵਿੱਚ ਡਟੇ ਹੋਏ ਆ। ਉਹਦਾ ਕਾਰਨ ਇਹ ਦੇਖੋ ਵੀ ਜਦੋਂ ਅਸੀਂ ਉੱਥੇ ਗਏ ਹਾਂ ਉੱਥੇ ਝੁੱਗੀਆਂ ਝੌਂਪੜੀਆਂ ਦਾ ਮਲਬਾ ਵੀ ਹੈਗਾ, ਉੱਥੇ ਜਿਹੜੇ ਸਾਡੇ ਦੋਵੇਂ ਪਤਲਾਂ ਵੀ ਹੈਗੀਆਂ, ਜੇਕਰ ਉਹਨਾਂ ਨੂੰ ਸਾਫ਼ ਨਾ ਕਰੀਏ ਤਾਂ ਸਾਡੇ ਪ੍ਰਤੀ ਸੁਨੇਹਾ ਕੀ ਜਾਣਾ ਵੀ ਇਹ ਆਏ ਸੀ, ਜਿੰਨਾ ਚਿਰ ਰਹੇ ਠੀਕ ਆ, ਉਸ ਤੋਂ ਬਾਅਦ ਗੰਦ ਪਾ ਕੇ ਚਲੇ ਗਏ। ਤੇ ਇਹ ਇੱਕ ਬੜਾ ਮਹੱਤਵਪੂਰਨ ਫੈਸਲਾ ਸੀ ਜਿਹੜਾ ਕਿ ਸੂਝਵਾਨ ਕਿਸਾਨ ਭੈਣਾਂ ਵੀਰਾਂ ਨੇ ਲਿਆ। ਹੁਣ ਅਵਤਾਰ ਵਾਲੀ ਵੀ ਹੈ, ਉਹ ਅਵਤਾਰ ਕਿਹੜੀ ਹੋਈ ਹੈਗੀ ਹੈ, ਕਿਸਾਨ ਮਜ਼ਦੂਰ ਹਸਪਤਾਲ ਚਲਾਉਣ ਵਾਲੇ। ਪਹਿਲੇ ਦਿਨ ਤੋਂ ਉਹ ਲਗਾਤਾਰ ਉੱਥੇ ਹਾਜ਼ਰ ਸੀਗੇ, ਸੇਵਾ ਕਰ ਰਹੇ ਸੀਗੇ, ਲਾਈਫ ਕੇਅਰ ਫਾਊਂਡੇਸ਼ਨ ਵਾਲੇ ਆ ਉਹ। ਉਹਨਾਂ ਨੇ ਕੱਲ੍ਹ ਜੇ ਸੀ ਬੀ ਮਸ਼ੀਨਾਂ ਲਾ ਕੇ
ਤੇ ਉੱਥੇ ਸਾਰੇ ਕਦਮ ਜਿਹੜੀ ਆ ਉਹ ਸਮਾਪਤੀ ਕਰਕੇ ਵੀ ਬਿਲਕੁਲ ਸਫਾਈ ਕਰਕੇ ਕਰਵਾ ਕੇ ਬਾਕੀ ਸਾਥੀਆਂ ਦੇ ਨਾਲ ਤੇ ਫਿਰ ਉਹਨਾਂ ਨੇ ਰਾਤ ਦੇ ਵੇਲੇ ਰਵਾਨਗੀ ਕੀਤੀ ਹੈਗੀ ਆ। ਉੱਥੇ 50 ਦੇ ਕਰੀਬ ਜੇਸੀਬੀ ਮਸ਼ੀਨਾਂ ਲੱਗੀਆਂ। ਫਿਰ ਆਉਂਦੇ ਹੋਏ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ, 734 ਮੋਮਬੱਤੀਆਂ ਚਿੱਟੀ ਚਾਦਰ ਦੇ ਉੱਤੇ ਜਗਾਈਆਂ। 734 ਮੋਮਬੱਤੀਆਂ ਤੋਂ ਭਾਵ ਇਹ ਆ ਵੀ ਜਿਹੜੇ ਕਿਸਾਨ ਸ਼ਹੀਦ ਹੋ ਗਏ ਇਸ ਮੋਰਚੇ ਦੇ ਵਿੱਚ 734 ਉਹਨਾਂ ਦੀ ਗਿਣਤੀ, ਉਹਨਾਂ ਨੂੰ ਵੀ ਚੇਤੇ ਰੱਖਿਆ ਗਿਆ ਵੀ ਆਪਾਂ ਉਹਨਾਂ ਨੂੰ ਭੁੱਲਣਾ ਨੀਗਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਥਾਂ ਦੇ ਉੱਤੇ ਇੱਥੇ ਸਾਡੇ ICU ਬਣਾਇਆ ਸੀ ਹਸਪਤਾਲ ਦਾ, ਉਸ ਥਾਂ ਦੇ ਉੱਤੇ ਅਸੀਂ ਇਹ ਸਾਰੀਆਂ ਮੋਮਬੱਤੀਆਂ ਜਗਾਈਆਂ। ਸੋ ਜਿੱਤ ਦੀ ਖੁਸ਼ੀ ਦੇ ਨਾਲ ਨਾਲ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਉਹ ਸਾਰੇ ਸੱਜਣ ਆਪਣੇ ਵੱਲੋਂ ਕਰ ਰਹੇ ਆ। ਤੇ ਸਫਾਈ ਕਰਨੀ ਬੜੀ ਜ਼ਰੂਰੀ ਸੀ ਤੇ ਆਲੇ ਦੁਆਲੇ ਜਿਹੜੇ ਲੋਕ ਆ ਉਹਨਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਹੋਰ ਵੀ ਵਧੀਆ ਗਿਆ ਕਿ ਦੇਖੋ ਯਾਰ ਇਹਨਾਂ ਦੀ ਮਜ਼ਬੂਰੀ ਸੀ ਇਹ ਸੰਘਰਸ਼ ਕਰਨ ਆਏ, ਪਰ ਇਹ ਨਹੀਂ ਵੀ ਭਾਈ ਜਦੋਂ ਹੁਣ ਮਸਲਾ ਹੱਲ ਹੋ ਗਿਆ ਤੇ ਨਾਲ ਦੀ ਨਾਲ ਤੁਰਦੇ ਆ। ਇਹਨਾਂ ਨੂੰ ਪਤਾ ਵੀ ਭਾਈ ਅਸੀਂ ਸਫਾਈ ਵੀ ਕਰਕੇ ਜਾਣੀ ਹੈ, ਨਹੀਂ ਤਾਂ ਦੇਖੋ ਜੇ ਸਫਾਈ ਨਾ ਕਰਦੇ ਤਾਂ ਗੋਦੀ ਮੀਡੀਆ ਦੇ ਇਸ ਗੱਲ ਨੂੰ ਕਿਵੇਂ ਪ੍ਰਚਾਰਨਾ ਸੀ, ਇਹ ਦੇਖੀਏ ਕੈਸੇ ਗੰਦਗੀ ਡਾਲ ਚਲੇ ਹੈ, ਇਹ ਦੇਖੀਏ ਐਸੇ ਕੈਸੇ ਹੋ ਚਲੇ ਹੈ। ਮੈਂ ਕੱਲ ਇਸ ਗੱਲੋਂ ਹੈਰਾਨ ਰਹਿ ਗਿਆ, ਕੱਲ ਤੱਕ ਤਾਂ ਇਹ ਗੱਲ ਕਹਿੰਦੇ ਸੀ ਕਿ ਇਹ ਕਿਸਾਨ ਨਹੀਂ ਗਏ ਤੇ ਹੁਣ ਜਦੋਂ ਵਾਪਸ ਜਾ ਰਹੇ ਆ ਤੇ ਕਹਿ ਰਹੇ ਸੀ ਕਿ ਕਿਸਾਨ ਵਾਪਸ ਚਲੇ ਗਏ। ਹੁਣ ਪਹਿਲਾਂ ਗਲਤ ਸੀ ਕਿ ਹੁਣ ਗਲਤ ਸੀ, ਉਹਨਾਂ ਨੂੰ ਇਹ ਵੀ ਗੱਲ ਭੁੱਲ ਗਈ ਹੈ ਵੀ ਅਸੀਂ ਹੁਣ ਤੱਕ ਇਹਨਾਂ ਦੇ ਬਾਬਤ ਕਿਹੜੇ ਕਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਰਹੇ ਹਾਂ। ਪਰ ਕਿਸਾਨ ਜਿੱਤ ਕੇ ਵਾਪਸ ਮੁੜਿਆ, ਪਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਵੀ ਇਹ ਅਸਲ ਦੇ ਵਿੱਚ ਜੰਗ ਦੀ ਸ਼ੁਰੂਆਤ ਹੋਈ ਹੈ, ਜੰਗ ਖਤਮ ਨਹੀਂ ਹੋਈ, ਕਿਉਂਕਿ ਜਿਹਨੂੰ ਅਸੀਂ ਹਰਾਇਆ ਉਹਨੇ ਸਾਡੀਆਂ ਕਈ ਕਮੀਆਂ ਪੇਸ਼ੀਆਂ ਕਮਜ਼ੋਰੀਆਂ ਨੂੰ ਵੀ ਨੋਟ ਕੀਤਾ ਹੋਊਗਾ। ਉਹਨੇ ਆਉਂਦੇ ਸਮੇਂ ਦੇ ਵਿੱਚ ਜੋ ਵੀ ਕਰਨਾ ਉਹਨਾਂ ਸਾਡੀਆਂ ਕਮੀਆਂ ਪੇਸ਼ੀਆਂ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਕਰਨਾ ਤੇ ਇਹਨਾਂ ਗੱਲਾਂ ਦਾ ਵੀ ਸਾਨੂੰ ਆਉਂਦੇ ਸਮੇਂ ਦੇ ਵਿੱਚ ਖਿਆਲ ਕਰਨਾ ਪਊਗਾ। ਬਿਲਕੁਲ ਤੁਹਾਡੀ ਗੱਲ 100% ਸਹੀ ਹੈ ਜੀ। ਪਰ ਉਧਰ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਇੱਕ ਗੱਲ ਕਹੀ ਹੈ ਜਿਹਨੇ ਸਾਰਿਆਂ ਨੂੰ ਸੋਚੀ ਪਾ ਦਿੱਤਾ ਹੈ, ਕਹਿੰਦੇ ਵੀ ਕੇਂਦਰ ਸਰਕਾਰ ਮੇਰੇ ਖਿਲਾਫ ਕੋਈ ਵੱਡੀ ਕਾਰਵਾਈ ਕਰ ਸਕਦੀ ਹੈ। ਦੇਖੋ ਕੁਝ ਕਿਸਾਨ ਆਗੂ ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਚਲਾਣੇ ਚਲਾਣੇ ਆ, ਕੁਝ ਕੁ ਹੋ ਸਕਦਾ ਇਸ ਗੱਲ ਦੇ ਉੱਤੇ ਮੰਨ ਜਾ ਵੀ ਭਾਈ ਅਸੀਂ ਰਾਜਨੀਤਿਕ ਪੌੜੀਆਂ ਚੜ੍ਹਦੇ ਹਾਂ। ਪਰ ਜੋਗਿੰਦਰ ਸਿੰਘ ਉਗਰਾਹਾਂ ਉਹ ਵਿਅਕਤੀ ਹੈ ਜਿਹਨੇ ਦੋ ਤੱਕ ਇਹ ਗੱਲ ਆਖੀ ਹੈ ਕਿ ਅਸੀਂ ਆਉਂਦੇ ਸਮੇਂ 'ਚ ਨਾ ਕੋਈ ਚੋਣ ਲੜਨੀ ਹੈ, ਨਾ ਕੋਈ ਸਾਡਾ ਇਹੋ ਜਿਹਾ ਮਕਸਦ ਹੈ, ਅਸੀਂ ਸੰਘਰਸ਼ ਕਰਨ ਵਾਲੇ ਲੋਕ ਹਾਂ, ਅਸੀਂ ਸੰਘਰਸ਼ ਹੀ ਕਰਨਾ। ਜੇਕਰ ਕੋਈ ਕਿਸਾਨ ਜਥੇਬੰਦੀ ਵੀ ਚੋਣਾਂ 'ਚ ਖੜ੍ਹਦੀ ਹੈ ਉਹਨੂੰ ਵੀ ਅਸੀਂ ਸਵਾਲ ਇਹੀ ਕਰਾਂਗੇ, ਘੇਰ ਕੇ ਕਰਾਂਗੇ ਵੀ ਭਾਈ ਤੁਸੀਂ ਆਉਂਦੇ ਸਮੇਂ ਦੇ ਵਿੱਚ ਕਿਸਾਨੀ ਬਾਰੇ, ਸੂਬੇ ਬਾਰੇ, ਦੇਸ਼ ਬਾਰੇ ਕੀ ਨਜ਼ਰ ਤੇ ਨਜ਼ਰੀਆ ਰੱਖਦੇ। ਜਦੋਂ ਕੋਈ ਪਾਰਟੀ ਬਣਾ ਕੇ ਲੜੂਗਾ ਚੋਣ ਫਿਰ ਉਹ ਸਾਡੀ ਨਜ਼ਰ ਦੇ ਵਿੱਚ ਲੀਡਰ ਹੀ ਆ, ਫਿਰ ਉਹ ਸਾਡਾ ਕਿਸਾਨ ਭਰਾ ਹੁੰਦਾ। ਉਹਨਾਂ ਨੇ ਕਿਹਾ ਜੀ ਕਿ ਨਾ ਤਾਂ ਅਸੀਂ ਚੋਣ ਲੜਨੀ ਹੈ, ਨਾ ਕਿਸੇ ਦੀ ਹਮਾਇਤ ਵਾਸਤੇ ਕਹਿਣਾ, ਨਾ ਅਸੀਂ ਵੋਟਾਂ ਦੇ ਵਿੱਚ ਖੜਨਾ ਤੇ ਨਾ ਕਿਸੇ ਨੂੰ ਇਹ ਗੱਲ ਕਹਿਣੀ ਕਿ ਫਲਾਣੇ ਨੂੰ ਵੋਟ ਪਾਓ। ਅਸੀਂ ਸੰਘਰਸ਼ੀ ਲੋਕ ਹਾਂ, ਅਸੀਂ ਸੰਘਰਸ਼ਾਂ 'ਚ ਹੀ ਪੈਦਾ ਹੋਏ ਹਾਂ, ਸੰਘਰਸ਼ ਹੀ ਕਰਨਾ ਅਸੀਂ ਹਰ ਮੁੱਦੇ ਦੇ ਉੱਤੇ। ਉਹਨਾਂ ਨੇ ਕਹਿੰਦੀ ਗੱਲ ਕਹੀ ਆ ਵੀ ਹੁਣ ਅਗਲੀ ਵਾਰੀ ਚੰਗੀ ਵੀ ਆ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਹੁਣ ਅਸੀਂ ਚੰਗੇ ਦੁਆਲੇ ਹੋ ਜਾਣਾ, ਕਿਉਂਕਿ ਕਮੀਆਂ ਦੀ ਵੀ ਜ਼ਮੀਨਾਂ ਦੀ ਕੁਰਕੀ ਨਹੀਂ ਹੋਊਗੀ। ਇਹਨਾਂ ਦੀ ਸਰਕਾਰ ਨੇ ਕਿਹਾ ਸੀ ਕਰਜ਼ੇ ਮਾਫ਼ ਹੋ ਜਾਣਗੇ, ਇਹਨਾਂ ਨੇ ਕਿਹਾ ਸੀ ਵੀ ਕਿ ਹੋਰ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ। ਪਰ ਇਹ ਗੱਲ ਨਹੀਂ ਕਹਿ ਕੇ ਸੁੱਟਿਆ ਜਾ ਸਕਦਾ ਵੀ ਉਹਦਾ ਪੈਟਰਨ ਦੀ ਸਰਕਾਰ ਸੀ, ਕਮੀ ਤਾਂ ਹੁਣੇ ਬਣਿਆ ਮੁੱਖ ਮੰਤਰੀ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਵੀ ਕੇਂਦਰ ਦੀ ਸਰਕਾਰ ਸਾਡੇ ਖਿਲਾਫ਼ ਵੀ ਵੱਡੀ ਕਾਰਵਾਈ ਕਰ ਸਕਦੀ ਹੈ। ਪਰ ਕੋਈ ਗੱਲ ਨਹੀਂ, ਜੇਲ੍ਹ ਭੇਜ ਦੇਣ ਅਸੀਂ ਤਾਂ ਉਹਦੇ ਲਈ ਰੈਡੀ ਬੈਠੇ ਹਾਂ, ਭਾਵੇਂ ਕੱਲ੍ਹ ਨੂੰ ਨਹੀਂ ਆ ਹੁਣੇ ਭੇਜ ਦੇਣ ਉੱਤੇ ਖੜੇ ਖੜੇ ਨੇ। ਸੋ ਇਹ ਉਹਨਾਂ ਦੀ ਦਿੱਤਾ, ਇਹ ਉਹਨਾਂ ਦੀ ਇੱਕ ਦਲੇਰੀ, ਇਹ ਉਹਨਾਂ ਦੀ ਇੱਕ ਸੁਚੱਜਤਾ, ਇਹਦਾ ਪ੍ਰਮਾਣ ਹੈ ਵੀ ਭਾਈ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੰਘਰਸ਼ ਹੀ ਕਰਨਾ, ਅਸੀਂ ਨਾ ਕਿਸੇ ਦੇ ਗੋਡੇ ਟੇਕੇ, ਕਿਸੇ ਦੇ ਮੂਹਰੇ ਨਾ ਕਦੇ ਟੇਕਣੇ ਆ। ਸੋ ਕਿਸਾਨ ਸੰਘਰਸ਼ ਦੇ ਵਿੱਚੋਂ ਕੁੱਝ ਕੁ ਨੇਤਾ ਬਣਨ ਦੇ ਚਾਹਵਾਨ ਵੀ ਲੋਕ ਹੈਗੇ ਆ, ਮੈਨੂੰ ਲੱਗਦਾ ਵੀ ਉਹ ਦਿਨਾਂ ਦੇ ਵਿੱਚੋਂ ਬਣਨ ਦੀ ਕੋਸ਼ਿਸ਼ ਵੀ ਕਰਨਗੇ। ਅੱਜ ਦੇਖੋ 13 ਤਰੀਕ ਆ, ਅੱਜ ਦਰਬਾਰ ਸਾਹਿਬ ਜਾਣਾ ਹੈਗਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ। ਇਸ ਤੋਂ ਬਾਅਦ 15 ਤਰੀਕ ਨੂੰ ਪੰਜਾਬ ਦੇ ਹਰ ਸਿੱਕੇ ਦੇ ਵਿੱਚ ਜਿੱਥੇ ਜਿੱਥੇ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਆ ਉਹ ਸਾਰੇ ਦੇ ਸਾਰੇ ਸਮਾਪਤ ਹੋ ਗਏ ਆ 15 ਤਰੀਕ ਤੋਂ। ਸੋ ਅਗਲੀਆਂ ਜਿਹੜੀਆਂ ਉਹ ਗਤੀਵਿਧੀਆਂ ਰਾਜਨੀਤਿਕ ਕਿਹੜੀਆਂ ਉਲੀਕਣੀਆਂ ਕਿਹੜੀਆਂ ਨਹੀਂ ਇਹ ਸਮਾਂ ਬਿਆਨ ਕਰੂਗਾ, ਪਰ ਇਸ ਵੇਲੇ ਕਈ ਕਿਸਾਨ ਆਗੂ ਆ ਜਿਹੜੇ ਉਹ ਰਾਜਨੀਤਿਕ ਉਡਾਰੀ ਭਰਨ ਦੇ ਇੱਛੁਕ ਹੈਗੇ ਆ ਜੀ। ਤੇ ਉਧਰ ਦੂਸਰੇ ਬੰਨੇ ਸਰ, ਪੰਜਾਬ ਦੇ ਸਿੱਖਾਂ ਤੇ ਡੋਰੇ ਪਾਉਣ ਦੇ ਲਈ ਭਾਜਪਾ ਨੇ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੀ। ਦੇਖੋ ਉਹਨਾਂ ਨੂੰ ਇਸ ਗੱਲ ਦਾ ਪਤਾ ਬੀਜੇਪੀ ਨੂੰ ਕਿ ਪੰਜਾਬ ਦੇ ਵਿੱਚ ਉਹਨੀ ਦੇਰ ਤੱਕ ਸਾਡਾ ਕੁਛ ਨਹੀਂ ਬਣਨਾ, ਕਿੰਨੀ ਦੇਰ ਤੱਕ ਅਸੀਂ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਤੋਰਦੇ ਨਹੀਂ।
ਉਹਨਾਂ ਦੇ ਵੱਲੋਂ ਸਿੱਖਾਂ ਦੇ ਲਈ ਬਹੁਤ ਕੁੱਝ ਕਰਨ ਦੀ ਗੱਲ ਵੀ ਕੀਤੀ ਜਾਊਗੀ, ਸਿੱਖਾਂ ਦੇ ਲਈ ਐਲਾਨ ਵੀ ਕੀਤੇ ਜਾਣਗੇ। ਇਹ ਹੁਣ ਸਿੱਖ ਭਾਈਚਾਰੇ ਨੇ ਦੇਖਣਾ ਵੀ ਭਾਈ ਉਹਨਾਂ ਦੀ ਗੱਲ ਮੰਨਣੀ ਹੈ ਨਹੀਂ ਮੰਨਣੀ, ਉਹ ਕੀ ਉਹਦੇ ਬਾਰੇ ਸੋਚਦੇ ਕੀ ਨਹੀਂ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਅਸੀਂ ਇਸ ਮੁੱਦੇ ਦੇ ਉੱਤੇ ਇਕੱਠੇ ਸਾਂ, ਅਸੀਂ ਉਸ ਮੁੱਦੇ ਨੂੰ ਫਤਿਹ ਕਰ ਲਿਆ, ਉਸ ਮਸਲੇ ਨੂੰ ਅਸੀਂ ਹੱਲ ਕਰ ਲਿਆ, ਪਰ ਰਾਜਨੀਤਿਕ ਤੌਰ ਦੇ ਉੱਤੇ ਅਸੀਂ ਵੰਡੇ ਨਹੀਂ ਹੋਏ ਹਾਂ, ਲੋਕ ਇਹ ਵੀ ਗੱਲ ਕਹਿੰਦੇ ਆ। ਪਰ ਮੈਨੂੰ ਇਹ ਲੱਗਦਾ ਵੀ ਲੋਕ ਜੇਕਰ 100 ਦੇ ਵਿੱਚੋਂ 20 ਪੈਸੇ ਵੀ ਥੋੜਾ ਜਿਹਾ ਸਹੀ ਰਾਹ ਦੇ ਉੱਤੇ ਆ ਗਏ ਸੋਚ ਦੇ ਪੱਖੋਂ, ਰਾਜਨੀਤਿਕ ਲੋਕਾਂ ਦੇ ਪ੍ਰਤੀ ਨਜ਼ਰੀਏ ਦੇ ਪੱਖੋਂ, ਤਾਂ ਇਹ ਵੀ ਸਾਡੀ ਇੱਕ ਪ੍ਰਾਪਤੀ ਹੋਣੀ ਹੈ। ਅਗਲੀ ਗੱਲ ਇਹ ਹੋਈ ਕਿ ਬੀਜੇਪੀ ਦੇ ਵੱਲੋਂ ਕੱਲ 3 ਮਿੰਟ ਤੇ 57 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ ਮੋਦੀ ਸਰਕਾਰ ਵੱਲੋਂ ਸਿੱਖਾਂ ਲਈ ਕੀਤੇ ਗਏ 13 ਕੰਮਾਂ ਦਾ ਜ਼ਿਕਰ ਕੀਤਾ ਗਿਆ। ਹੁਣ ਤੱਕ ਅਸੀਂ ਬਾਬੇ ਨਾਨਕ ਦੇ 13 ਫਲਸਫੇ ਦੇ ਬਾਰੇ ਜਾਣਦੇ ਸੀ, ਪਰ ਮੋਦੀ ਸਰਕਾਰ ਹਰ ਗੱਲ ਸੋਚ ਸਮਝ ਕੇ ਬਿਲਕੁਲ ਉਹਦੀ ਗੁਣਾ ਘਟਾਓ ਕੀ ਹੋ ਸਕਦੀ ਹੈ, ਕਦੋਂ ਕਾਨੂੰਨ ਵਾਪਸ ਲੈਣ ਦੀ ਗੱਲ ਕਰਨੀ ਹੈ, ਕਦੋਂ ਅੜਨਾ, ਕੀ ਕਰਨਾ ਕੀ ਨਹੀਂ ਕਰਨਾ, ਇਹ ਹੁਣ ਸਿਲਸਿਲਾ ਸ਼ੁਰੂ ਹੋ ਰਿਹਾ। ਦੂਜੀ ਗੱਲ ਇਹ ਹੈ ਵੀ ਬੀਜੇਪੀ ਨੇ ਅੰਦਰ ਖਾਤੇ ਇੱਕ ਪਲੈਨ ਬਣਾਇਆ ਵੀ ਵੱਧ ਤੋਂ ਵੱਧ ਸਿੱਖ ਆ ਜਿਹੜੇ ਉਹ ਪਾਰਟੀ ਦੇ ਨਾਲ ਜੋੜੇ ਜਾਣ। ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਬੀਜੇਪੀ ਦਾ, ਇਹਦੇ ਵਿੱਚ ਸਟੇਜ ਦੇ ਉੱਤੇ ਵੱਧ ਤੋਂ ਵੱਧ ਸਿੱਖ ਚਿਹਰੇ ਦਿਖਾਏ ਜਾਣ, ਤਾਂ ਜੋ ਇਹ ਪ੍ਰਭਾਵ ਜਾਵੇ ਕਿ ਸਿੱਖਾਂ ਦੀ ਪਾਰਟੀ ਵੀ ਹੈ ਬੀਜੇਪੀ, ਇਹ ਸਿਰਫ ਹਿੰਦੂ ਜਾਂ ਹੋਰ ਕੋਈ ਗੱਲਾਂ ਕਰਨ ਵਾਲੀ ਨਹੀਂ, ਸਿੱਖਾਂ ਨੂੰ ਕਿੰਨਾ ਮਾਣ ਸਨਮਾਨ ਦਿੰਦੀ ਆ, ਤੇ ਵੱਖ ਵੱਖ ਨੇਤਾਵਾਂ ਦੀਆਂ ਜ਼ਿੰਮੇਵਾਰੀਆਂ ਲੱਗੀਆਂ। ਤੇ ਭਾਈ ਤੁਸੀਂ ਲੋਕਾਂ ਨੂੰ ਪਟ ਪਟ ਕੇ ਵੱਖ ਵੱਖ ਪਾਰਟੀਆਂ ਦੇ ਵਿੱਚ ਜਿਹੜੇ ਸਿੱਖ ਚਿਹਰੇ ਆ ਜਾਂ ਹੋਰ ਜਿਹੜੀਆਂ ਮਸ਼ਹੂਰ ਹਸਤੀਆਂ ਉਹ ਪਾਰਟੀ ਨਾਲ ਕਿਵੇਂ ਜੋੜਨੀਆਂ, ਇਹਦੇ ਲਈ ਦਿਨ ਰਾਤ ਕੀਤੀ ਜਾ ਰਹੀ ਹੈ। ਮੀਨਾਕਸ਼ੀ ਲੇਖੀ ਜਿਹੜੇ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਉਹਨਾਂ ਨੂੰ ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ, ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਬੀਜੇਪੀ ਦਾ। 14 ਤਰੀਕ ਨੂੰ ਲੁਧਿਆਣੇ ਦੇ ਵਿੱਚ ਬੀਜੇਪੀ ਦੀ ਇੱਕ ਬੜੀ ਮਹੱਤਵਪੂਰਨ ਤੇ ਵੱਡੀ ਮੀਟਿੰਗ ਹੋ ਰਹੀ ਹੈ। ਇਹਦੇ ਵਿੱਚ ਮੈਨੂੰ ਪਤਾ ਲੱਗਾ ਵੀ ਕਿ ਅਕਾਲੀ ਦਲ ਦੇ ਨਾਲ ਜੁੜੇ ਰਹੇ 2 ਵੱਡੇ ਪਰਿਵਾਰ ਆ ਜਿਹੜੇ ਬੀਜੇਪੀ ਦੇ ਵਿੱਚ ਸ਼ਾਇਦ ਉਸ ਦਿਨ ਸ਼ਾਮਿਲ ਹੋ ਜਾਣ। ਸੋ ਬਹੁਤ ਵੱਡੀਆਂ ਤਿਆਰੀਆਂ ਬੀਜੇਪੀ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ ਤੈਨੂੰ ਦੱਸੀ ਹੈ, ਸਫਲਤਾ ਕਿੰਨੀ ਮਿਲਦੀ ਹੈ ਕਿੰਨੀ ਨਹੀਂ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਰੈਡੀ ਆ ਉਹ ਪੂਰੇ ਕਿ ਭਾਈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਚੋਣ ਜਿੱਤਣੀ ਪੈਂਦੀ ਹੈ। ਸਿੱਖਾਂ ਨੇ ਉਸਦੇ ਬਾਰੇ ਕੁਛ ਐਲਾਨ ਕਰਕੇ ਇੱਕ ਹੋਰ ਮੈਨੂੰ ਪਤਾ ਲੱਗਿਆ ਵੀ ਜਾਂ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ੀ ਦਾ ਐਲਾਨ ਹੋ ਸਕਦਾ, ਤੇ ਜਾਂ ਫਿਰ ਪੰਜਾਬ ਨੂੰ ਇੱਕ ਵਿਸ਼ੇਸ਼ ਵੱਡਾ ਕਮਿਟੀ ਪੈਸੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਵਪਾਰੀ ਵੀ ਖੁਸ਼, ਦਲਿਤ ਭਾਈਚਾਰਾ ਵੀ ਖੁਸ਼, ਹਿੰਦੂ ਭੈਣ ਭਰਾ ਵੀ ਖੁਸ਼, ਉਹ ਸਾਰਾ ਕੁਛ ਏਦਾਂ ਦੀ ਤਿਆਰੀ ਹੈ ਅਧੀਨ ਹੈ ਜੀ। ਤੇ ਸਰ ਅੱਗੇ ਵੱਧਦੇ ਆ, ਹੁਣ ਗੱਲ ਕਰਦੇ ਹਾਂ ਜੀ ਮਾਨਸਾ ਦੀ। ਮਾਨਸਾ ਦੇ ਵਿੱਚ ਜੋ ਕੁਝ ਵੀ ਹੋਇਆ, ਵੀਡੀਓ ਸਾਹਮਣੇ ਆਈਆਂ ਨੇ, ਤਸਵੀਰਾਂ ਸਾਹਮਣੇ ਆਈਆਂ ਨੇ, ਸੱਚੀ ਅੰਦਰਾਂ ਝੰਜੋੜ ਕੇ ਰੱਖ ਦਿੱਤਾ ਇਹਨਾਂ ਵੀਡੀਓਜ਼ ਨੇ। ਔਰ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਲਾਠੀ ਚਾਰਜ ਕੀਤਾ ਗਿਆ, ਮਤਲਬ ਕੋਈ ਪਸ਼ੂਆਂ ਨੂੰ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਨਹੀਂ ਕੁੱਟਦਾ ਜਿਵੇਂ ਉੱਥੇ ਇਨਸਾਨਾਂ ਨੂੰ ਕੁੱਟਿਆ ਗਿਆ ਹੈ, ਸੋ ਇਸ ਲਾਠੀ ਚਾਰਜ ਦੀ ਮੈਜਿਸਟਰੀ ਜਾਂਚ ਦੇ ਹੁਕਮ ਹੋ ਗਏ ਨੇ? ਇਹ ਅਸਲ ਦੇ ਵਿੱਚ ਡਰਾਮਾ ਚੱਲ ਰਿਹਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਉਹਦਾ ਕਾਰਨ ਮੈਜਿਸਟਰੇਟ ਦੀ ਜਾਂਚ ਜਾਂ ਕੋਈ ਵੀ ਜਾਂਚ ਪੜਤਾਲ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਸਾਹਮਣੇ ਤਸਵੀਰ ਨਾ ਹੋਵੇ, ਤੁਹਾਨੂੰ ਕਿਸੇ ਚੀਜ਼ ਦਾ ਹਨੇਰਾ ਹੋਵੇ, ਇਹ ਪਤਾ ਨਹੀਂ ਕਿਵੇਂ ਹੋਇਆ, ਅਸੀਂ ਉਹਦੀ ਪੜਤਾਲ ਕਰਨੀ ਹੈ, ਦ੍ਰਿਸ਼ ਫਿਰਦੇ ਹਾਂ ਵੀ ਭਾਈ ਕਿਉਂ ਹੋਇਆ ਹੋਊਗਾ, ਜਾਂਚ ਪੜਤਾਲ ਲੋਕਾਂ ਤੋਂ ਕਰਨੀ ਵੀ ਭਾਈ ਕੀ ਹੋਇਆ ਸੀ, ਉਸ ਦਿਨ ਕੀ ਨਹੀਂ ਸੀ ਹੋਇਆ, ਕੁਝ ਗਲਤ ਕਿਵੇਂ ਸ਼ੁਰੂਆਤ ਕੀਤੀ ਸੀ, ਵਿਚਲੀ ਗੱਲ ਕੀ ਹੈ, ਕਿਉਂਕਿ ਜਿਹੜੀ ਚੀਜ਼ ਸਾਨੂੰ ਦਿਸਦੀ ਨਹੀਂ ਹੁੰਦੀ ਉਹਦੇ ਲਈ ਅਸੀਂ ਆਲੇ ਦੁਆਲੇ ਜਾਣਕਾਰੀ ਲੈ ਕੇ ਤੇ ਫਿਰ ਕੋਈ ਕਾਰਵਾਈ ਦੀ ਗੱਲ ਕਰਦੇ। ਪਰ ਇੱਥੇ ਤਾਂ ਦੇਖ ਰਿਹਾ ਵੀ DSP ਗੁਰਮੀਤ ਸਿੰਘ ਕਿਵੇਂ ਟੁੱਟ ਰਿਹਾ, ਇਸ ਤੋਂ ਸਭ ਕੁਝ ਪਤਾ ਲੱਗ ਰਿਹਾ ਜੀ ਕਿ ਕਿਹਦੇ ਵੱਲੋਂ ਕੀ ਕੀਤਾ ਜਾ ਰਿਹਾ। ਸੋ ਇਹਦੇ ਉੱਤੇ ਜਿਹੜੀ ਹੁਣ ਮਾਨਸੇ ਦੇ ਵਿੱਚ ਅੰਨਾ ਪ੍ਰਚਾਰ ਕੀਤਾ ਗਿਆ ਸੀਗਾ ETT ਵਾਲਿਆਂ ਦੇ ਮੁਲਾਜ਼ਮਾਂ ਦੇ ਉੱਤੇ, ਬੇਰੁਜ਼ਗਾਰ ਮੁਲਾਜ਼ਮਾਂ ਦੇ ਉੱਤੇ, ਤੇ ਮਾਫ਼ੀ ਚਾਹੁੰਦਾ ਬੇਰੁਜ਼ਗਾਰ ਜਿਹੜੇ ਅਧਿਆਪਕ ਤੇ ਬੇਰੁਜ਼ਗਾਰ BEd ਅਧਿਆਪਕ, ਟੈਟ ਪਾਸ ਅਧਿਆਪਕ ਜਿਹੜੇ ਬੇਰੁਜ਼ਗਾਰ, ਉਹਨਾਂ ਦੇ ਉੱਤੇ ਜਿਹੜਾ ਪ੍ਰਚਾਰ ਕੀਤਾ ਗਿਆ, ਉਹਦੇ ਲਈ ਹੁਣ ਸਰਕਾਰ ਦੇ ਵੱਲੋਂ ਗੁਰਮੁਲਮਾਂ ਤੋਂ ਨੀਤੀ ਝਾੜੀ ਆ ਰਹੀ ਹੈ, ਕਿਉਂਕਿ ਜਥੇਬੰਦੀਆਂ ਨੇ ਸਰਕਾਰ ਦੇ ਨੱਕ ਤੇ ਦਮ ਕਰਤਾ ਵੀ ਭਾਈ ਇਹ ਦੱਸੋ ਵੀ ਤੁਸੀਂ ਕਿਹੜੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਹੋ। ਤੁਸੀਂ ਤਾਂ ਕਹਿੰਦੇ ਵੀ ਚੰਨੀ ਕਰਦਾ ਮਸਲੇ ਹੱਲ, ਚੰਨੀ ਡਾਂਗ ਤੇ ਫਿਰ ਕੋਈ ਮਸਲੇ ਹੱਲ ਕਰਦਾ। ਸਰਕਾਰ ਨੇ ਇਸ ਵਿਰੋਧ ਤੋਂ ਬਚਣ ਦੇ ਲਈ ਹੁਣ ਕੀ ਕੀਤਾ, ਉਹਨਾਂ ਨੇ ਇੱਕ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਆ, ਕਹਿੰਦੇ ਇਹ ਮੈਜਿਸਟ੍ਰੇਟੀ ਜਾਂਚ ਇੱਕ ਹਫ਼ਤੇ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰੋ। ਹੁਣ ਜਦੋਂ ਦੇਖ ਰਿਹਾ ਵੀ ਕਿਹਨੇ ਸਬਤ ਕੀਤਾ, ਕਦੋਂ ਕੀਤਾ, ਕਿਵੇਂ ਕੀਤਾ, ਤੇ ਫਿਰ ਇਹਦੇ ਵਿੱਚ ਪੜਤਾਲ ਦੀ ਲੋੜ ਕਿਹੜੀ ਆ, ਤੇ ਉਹਨੂੰ ਤਾਂ ਨੌਕਰੀ ਤੋਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਸ DSP, ਤੇ ਸਰਕਾਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਥਾਂ ਦੇ ਉੱਤੇ ਕੱਛ ਮੁਕਸ਼ ਹੈਗੀ ਆ, ਸੋ ਜਥੇਬੰਦੀਆਂ ਜਿਹੜੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ, ਉਹਨਾਂ ਨੇ ਇਸ ਮੈਜਿਸਟ੍ਰੇਟ ਦੀ ਜਾਂਚ ਨੂੰ ਮੁੱਢ ਤੋਂ ਰੱਦ ਕਰਤਾ। ਉਹਨਾਂ ਨੇ ਕਿਹਾ ਜੀ ਕਿ ਕੋਈ ਸਾਨੂੰ ਤਰਪਾਉਣ ਦੀ ਲੋੜ ਨਹੀਂ,
ਕਿ ਅਸੀਂ ਦੇਖੋ ਜੀ ਪੜਤਾਲ ਕਰ ਰਹੇ ਹਾਂ, ਅੱਜ ਤੱਕ ਪੜਤਾਲਾਂ ਕਿੰਨੀਆਂ ਕੁ ਸਿਰੇ ਲੱਗੀਆਂ ਪੰਜਾਬ ਦੇ ਵਿੱਚ, ਤੇ ਇਹਦੀ ਕਿੰਨੀ ਕੁ ਇਹ ਲੱਗਦੀ ਜੀ ਉਹਨਾਂ ਨੇ ਇਹ ਗੱਲ ਕਹੀ ਹੈ। ਉਹ ਆਪਣੀ ਥਾਂ ਦੇ ਉੱਤੇ ਦਰੁਸਤ ਆ, ਇਹਦੇ ਵਿੱਚ ਕੁੱਝ ਵੀ ਹਨੇਰਮਈ ਨਹੀਂ ਹੈ, ਇਹਦੇ ਵਿੱਚ ਸਾਰਾ ਕੁਝ ਸਭ ਦੇ ਸਾਹਮਣੇ ਹੈ। ਹਨੇਰਮਈ ਤਾਂ ਇਹ ਵੀ ਸਾਡੇ ਦੇਸ਼ ਦੇ ਵਿੱਚ ਪ੍ਰਬੰਧ ਹੋ ਸਕਦੇ ਆ। ਸੋ ਇਸ ਮਾਮਲੇ ਦੇ ਉੱਤੇ ਲਗਾਤਾਰ ਹੋਰ ਜੰਗ ਵੱਧ ਰਹੀ ਹੈ, ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇਸ ਦੇਸ਼ ਦੀਆਂ ਮੁਸ਼ਕਿਲਾਂ ਦੇ ਵਿੱਚ ਹੋਰ ਵਾਧਾ ਹੋਊਗਾ ਜੀ। ਤੇ ਸਰ ਇਸ ਤੋਂ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਕਿਉਂਕਿ ਉਹ ਤਾਂ ਅਕਸਰ ਇਹ ਗੱਲ ਕਹਿੰਦੇ ਨੇ ਕਿ ਜੋ ਗਲਤ ਹੋ ਰਿਹਾ ਮੈਂ ਉਹਦੇ ਖਿਲਾਫ ਬੋਲਾਂਗਾ, ਮੈਂ ਕੁਝ ਵੀ ਸਹਿਣ ਨਹੀਂ ਕਰਾਂਗਾ ਗਲਤ। ਈਵਨ ਹੁਣ ਵੀ ਉਹਨਾਂ ਦਾ ਬਿਆਨ ਆਇਆ, ਉਹ ਕਹਿੰਦੇ ਸਿਆਸਤ 'ਚ ਮੈਂ ਸ਼ੋ ਪੀਸ ਬਣ ਕੇ ਨਹੀਂ ਰਹਾਂਗਾ। ਸੋ ਇਹ ਜਦ ਜੋ ਕੁਝ ਵੀ ਵਾਪਰ ਰਿਹਾ ਹੈ ਇਹਦੇ ਉੱਪਰ ਨਵਜੋਤ ਸਿੰਘ ਸਿੱਧੂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਈ ਹੈ? ਦੇਖੋ ਨਵਜੋਤ ਸਿੰਘ ਸਿੱਧੂ ਦੀ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਸਾਹਮਣੇ ਆਈ। ਜੇ ਉਹ ਲੱਗਦਾ ਵੀ ਉਹ ਜਦੋਂ ਡਾਂਡਾ ਜੋਗਾ ਵੱਜਦੀਆਂ ਸੀ ਉਸ ਮਾਮਲੇ ਦੇ ਵਿੱਚ ਬਿਲਕੁਲ ਚੁੱਪ ਆ, ਉਹਨਾਂ ਨੂੰ ਤਾਂ ਇਹ ਉਹ ਸ਼ਾਇਦ ਇਹ ਸ਼ੋਅ ਕਰ ਰਹੇ ਵੀ ਮੈਨੂੰ ਤਾਂ ਭਾਈ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ। ਜਦਕਿ ਚਾਹੀਦਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਰਕੇ ਗਲਤ ਨੂੰ ਗਲਤ ਕਹਿਣਾ ਜਾਣਦੇ ਆ ਤੇ ਫਿਰ ਕਹਿ ਕੇ ਦਿਖਾਉਣ, ਉਹ ਕਹਿਣ ਵੀ ਭਾਈ ਹਾਂ ਜੀ ਇਸ ਚੀਜ਼ ਨੂੰ ਸਸਪੈਂਡ ਕੀਤਾ ਜਾਵੇ, ਪਰ ਇਸ ਥਾਂ ਦੇ ਉੱਤੇ ਜੋ ਐਂ ਕਹਿਣਗੇ ਫਿਰ ਉਹਨਾਂ ਨੂੰ ਆਪਦੀ ਸਰਕਾਰ ਘਿਰਦੀ ਹੈ, ਆਪਦੀ ਸਰਕਾਰ ਘਿਰਦੀ ਹੈ ਜੋ ਬੋਲਣਗੇ ਫਿਰ ਉਹਨਾਂ ਨੂੰ ਹਾਈ ਕਮਾਨ ਦੀ ਕੁਰਸੀ ਵੀ ਪੈਂਦੀ ਹੈ। ਵੀ ਭਾਈ ਤੁਸੀਂ ਹਰ ਥਾਂ ਦੇ ਉੱਤੇ ਆਪਣੇ ਨੂੰ ਘੇਰਨ ਤੇ ਲੱਗੇ ਰਹਿੰਦੇ ਆ, ਸੋ ਉਹ ਇਸ ਮਾਮਲੇ ਦੇ ਵਿੱਚ ਕੁਛ ਨਹੀਂ ਬੋਲੇ ਤੇ ਮੇਰਾ ਖਿਆਲ ਆ ਕੁਛ ਨਹੀਂ ਬੋਲਣਗੇ। ਹਾਂ ਉਹਨਾਂ ਦਾ ਆਪਦਾ ਮਸਲਾ ਵੀ ਭਾਈ ਸੀ ਐਮ ਕੈਂਡੀਡੇਟ ਕਿਉਂ ਨਹੀਂ ਮੈਨੂੰ ਬੁਲਾਇਆ ਜਾਂਦਾ ਜਾਂ ਮੈਂ ਨਹੀਂ ਬਣਨਾ, ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਕਿ ਰਾਜਨੀਤੀ ਦੇ ਵਿੱਚ ਮੈਂ ਸ਼ੋਅ ਪੀਸ ਬਣ ਕੇ ਨਹੀਂ ਰਹਿ ਸਕਦਾ। ਹਮੇਸ਼ਾ ਇਹ ਹੁੰਦਾ ਵੀ ਸੋਨਾ ਚਿੱਟਣ ਦੇ ਲਈ ਬੰਦੇ ਦੀ ਵਰਤੋਂ ਕੀਤੀ ਤੇ ਬਾਅਦ ਦੇ ਵਿੱਚ ਉਹਨੂੰ ਛੱਡਤਾ, ਇਹ ਕੀ ਇਹ ਕੁਦਰਤੀ ਹੋਊਗਾ? ਉਹ ਫਿਰ ਆਪਦੇ ਆਪ ਨੂੰ ਸੀ ਐਮ ਕੈਂਡੀਡੇਟ ਦੇ ਤੌਰ ਤੇ ਵੀ ਪੇਸ਼ ਕਰ ਰਹੇ ਆ, ਉਹ ਆਪਦੇ ਆਪ ਨੂੰ ਵੱਡਾ ਸਮਝ ਕੇ ਤੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੇਰੇ ਬਿਨਾਂ ਕਾਂਗਰਸ ਦੀ ਗਤੀ ਹੋਣਗੀ। ਸੋ ਇਸ ਤਰੀਕੇ ਦਾ ਕੰਮ ਕਰ ਰਹੇ ਆ। ਦੇਖੋ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਸਹੀ ਹੈਗੇ ਆ, ਪਰ ਉਹ ਸਹੀ ਮੁੱਦਿਆਂ ਦੇ ਬਾਵਜੂਦ ਇੱਕ ਗੱਲ ਇਹ ਵੀ ਤਾਂ ਕਹਿੰਦੇ ਆ ਨਾ ਕਿ ਮੈਂ ਕਦੇ ਵੀ ਕਾਂਗਰਸ ਛੱਡ ਕੇ ਨਹੀਂ ਜਾਵਾਂਗਾ। ਉਹਨਾਂ ਨੇ ਕੱਲ੍ਹ ਵੀ ਇਹ ਗੱਲ ਕਹੀ ਹੈ, ਉਹ ਕਹਿੰਦੇ ਜੀ ਕਾਂਗਰਸ ਦੇ ਲਈ ਮੈਂ ਜਾਨ ਵੀ ਦੇ ਦੂੰਗਾ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਲਈ ਮੇਰੀ ਜਾਨ ਵੀ ਹਾਜ਼ਰ ਆ, ਪਰ ਮੈਂ ਕਾਂਗਰਸ ਦੇ ਵਿੱਚ ਸ਼ੋਅ ਪੀਸ ਬਣ ਕੇ ਨਹੀਂ ਰਹਿਣਾ। ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਮਹਿਸੂਸ ਕੀਤਾ ਜਾ ਰਿਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਨੁਕਰੇ ਜਿਹਾ ਲਾ ਦਿੱਤਾ ਗਿਆ, ਨਵਜੋਤ ਸਿੱਧੂ ਜਿਹੜੇ ਹੁਣ ਠੰਡੇ ਜਿਹੇ ਕੀਤੇ ਪਏ ਆ, ਚੋਣ ਮੈਨੀਫੈਸਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ, ਸਕਰੀਨਿੰਗ ਕਮੇਟੀ ਦਾ ਚੇਅਰਮੈਨ ਹੋਰ ਬਣਾ ਦਿੱਤਾ ਗਿਆ, ਫਿਰ ਉਸ ਤੋਂ ਬਾਅਦ ਜਿਹੜੀ ਆ ਕੰਪੇਨ ਕਮੇਟੀ ਦਾ ਚੇਅਰਮੈਨ ਹੋਰ ਬਣਾ ਦਿੱਤਾ ਗਿਆ। ਸੋ ਆਉਂਦੇ ਸਮੇਂ ਦੇ ਵਿੱਚ ਨਵਜੋਤ ਸਿੱਧੂ ਦੀ ਸਿੱਖਾਂ ਦੇ ਮਾਮਲੇ ਦੇ ਵਿੱਚ ਬਹੁਤ ਹੀ ਨਹੀਂ ਚੱਲ ਸਕੂਗੀ। ਇਹਦੇ ਕਰਕੇ ਨਵਜੋਤ ਸਿੱਧੂ ਨੂੰ ਵੀ ਇਹ ਲੱਗਦਾ ਹੋਊਗਾ ਕਿ ਮੇਰੇ ਖੰਭ ਕੁਤਰੇ ਜਾ ਰਹੇ ਆ, ਪਰ ਉਹ ਇਸਦੇ ਬਲ ਦੇ ਵਿੱਚੋਂ ਗੱਲ ਕਹਿੰਦੇ ਕਿ ਮੈਂ ਜੀ ਕਾਂਗਰਸ ਦੇ ਵਿੱਚ ਰਹੂੰਗਾ। ਜੇਕਰ ਤੁਹਾਡੇ ਮੁੱਦੇ ਸਹੀ ਆ ਤੇ ਮੁੱਦਿਆਂ ਦਾ ਹੱਲ ਵੀ ਨਿਕਲਦਾ ਤੇ ਫਿਰ ਆਪਾਂ ਕਾਂਗਰਸ ਦੇ ਵਿੱਚ ਰਹਿ ਕੇ ਕਰਨਾ ਸੀਗੇ। ਆਪਾਂ ਤਾਂ ਵਾਰ ਵਾਰ ਇੱਕੋ ਗੱਲ ਕਹਿ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਵੀ ਜੇਕਰ ਆਪਾਂ ਨੂੰ ਕਾਂਗਰਸ ਠੀਕ ਨਹੀਂ ਲੱਗਦੀ, ਆਪਣੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰਦੀ, ਆਪਾਂ ਨੂੰ ਇਹ ਲੱਗਦਾ ਜੀ ਕਿ ਲੋਕਾਂ ਨਾਲ ਜ਼ਿਆਦਤੀ ਕਰਨ ਵਾਲੀ ਪਾਰਟੀ ਹੈ, ਇਹ ਸੱਚ ਦੇ ਉੱਤੇ ਨਹੀਂ ਪਹਿਰਾ ਦੇ ਰਹੀ, ਤੇ ਫਿਰ ਆਪਾਂ ਕਰਾਉਣਾ ਕੀ ਹੈ? ਫਿਰ ਆਪਣੇ ਕੋਲ ਹੋਰ ਬਦਲ ਹੋਣੇ ਚਾਹੀਦੇ ਆ। ਤੇ ਇਸ ਤਰੀਕੇ ਦੀਆਂ ਗੱਲਾਂ ਸਿੱਧੂ ਹੋਈ ਲੈ ਜੇ ਕਿ ਆ ਵੀ ਉੱਚੀ ਜਾਂਦੇ ਆ ਤੇ ਬੋਲਦੇ ਵੀ ਜ਼ਰੂਰ ਆ, ਪਰ ਮਸਲੇ ਦਾ ਹੱਲ ਵੀ ਕੋਈ ਜੀ। ਬਿਲਕੁਲ। ਤੇ ਸਰ ਉਧਰ ਦੂਸਰੇ ਬੰਨੇ ਪੀਆਰਟੀਸੀ ਕਾਮਿਆਂ ਦੀ ਹੜਤਾਲ ਕਾਰਨ 6 ਦਿਨਾਂ ਦੇ ਵਿੱਚ 7 ਕਰੋੜ ਦਾ ਨੁਕਸਾਨ ਹੋ ਗਿਆ ਜੀ। ਦੇਖੋ ਇਹ ਉਹ ਵੇਲਾ ਤੇ ਇਹ ਉਹ ਦਿਨ ਆ ਜਦੋਂ ਲਗਾਤਾਰ ਵੜਿੰਗੇ ਸਾਹਿਬ ਇਹ ਗੱਲ ਕਹਿੰਦੇ ਆ ਰਾਜਾ ਵੜਿੰਗੇ ਹੋਰੀ ਕਿ ਦੇਖੋ ਜੀ ਪੀ ਆਰ ਟੀ ਸੀ ਮੁਨਾਫੇ 'ਚ ਜਾ ਰਹੀ ਹੈ। ਮੁਨਾਫੇ 'ਚ ਤਾਂ ਜਾ ਰਹੀ ਹੈ ਜੇਕਰ ਬੱਸਾਂ ਚੱਲਦੀਆਂ, ਬੱਸਾਂ ਤਾਂ ਚੱਲਦੀਆਂ ਜੇਕਰ ਮੁਲਾਜ਼ਮ ਖੁਸ਼ ਹੋਣ, ਪਰ ਮੁਲਾਜ਼ਮ ਖੁਸ਼ ਹੋਏ ਨਹੀਂ ਜੇ 10-10 ਸਾਲ ਤੋਂ ਕੰਟਰੈਕਟ ਦੇ ਉੱਤੇ ਆ। ਇਹਦੇ ਕਰਕੇ ਅੱਜ 8ਵਾਂ ਦਿਨ ਆ ਜਦੋਂ ਲਗਾਤਾਰ ਹੜਤਾਲ ਆ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ। ਇਹ 6-7 ਦਿਨਾਂ ਦੇ ਵਿੱਚ 7 ਕਰੋੜ ਦਾ ਨੁਕਸਾਨ ਆ ਜਿਹੜਾ ਪੀ ਆਰ ਟੀ ਸੀ ਦਾ ਬੰਦੋਬਸਤ ਦਾ ਹੋ ਚੁੱਕਿਆ। ਉਹ ਮੁਲਾਜ਼ਮਾਂ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਜਿੱਥੇ ਅਸੀਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਸ਼ੁਰੂ ਕੀਤੀ ਹੈ, ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਇਹ ਹੜਤਾਲ ਵੀ ਜਾਰੀ ਰੱਖਾਂਗੇ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਉਹਨਾਂ ਨੇ ਸਿੱਖ ਨਹੀਂ ਕਰਦਾ ਹੜਤਾਲ ਕਰਦੇ। ਤੁਸੀਂ ਦੇਖੋ ਵੀ ਧੋਖਾ ਕਿੰਨਾ ਵੱਡਾ ਉਹਦੇ ਨਾਲ ਹੈ ਕਿ ਜਿਹੜੇ ਪੀ ਆਰ ਟੀ ਸੀ 'ਚ ਕੰਮ ਕਰਦੇ ਮੁਲਾਜ਼ਮ ਆ ਇਹ ਪੀ ਆਰ ਟੀ ਸੀ ਦੇ ਵੱਲੋਂ ਵੀ ਹਾਇਰ ਕੀਤੇ ਗਏ, ਜਿਵੇਂ ਵੱਖ ਵੱਖ ਕੰਪਨੀਆਂ ਜਿਹੜੀਆਂ ਇੰਡੀਆ ਦੇ ਵਿੱਚ ਸਿਕਿਉਰਿਟੀ ਦਾ ਕੰਮ ਕਰਦੀਆਂ ਵੀ ਭਾਈ ਉਹ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਦਿੰਦੇ ਆ, ਤੁਸੀਂ ਉਹਨਾਂ ਨੂੰ ਪੇ ਕਰਦੇ ਹੋ, ਮੁਲਾਜ਼ਮ ਉਹਨਾਂ ਦੇ ਹੁੰਦੇ ਆ। ਉਸ ਤਰੀਕੇ ਦੇ ਨਾਲ ਇਹ ਮੁਲਾਜ਼ਮ ਆ ਜਿਹੜੇ ਡਰਾਈਵਰ ਆ ਕੰਡਕਟਰ ਆ ਇਹ ਤਾਂ ਕੰਪਨੀ ਦੇ ਰਾਹੀਂ ਹਾਇਰ ਕੀਤੇ ਹੋਏ ਆ। ਉਹ ਜਦੋਂ ਵੀ ਰੌਲਾ ਪਾਉਂਦੇ ਹੋ ਕਹਿੰਦੇ ਕਿ ਕੰਪਨੀ ਨਾਲ ਗੱਲ ਕਰੋ, ਤੁਸੀਂ ਸਾਡੇ ਮੁਲਾਜ਼ਮ ਥੋੜ੍ਹੀ ਆ, ਕੰਪਨੀ ਕੱਢ ਕੇ ਬਾਹਰ ਮਾਰਦੀ ਆ ਇਸ ਤਰੀਕੇ ਦਾ। ਸੋ ਇੱਕ ਤੋਂ ਮੰਗ ਕਰ ਰਹੇ ਜੀ ਕਿ ਸਾਨੂੰ ਪੀ ਆਰ ਟੀ ਸੀ ਦੇ ਅਧੀਨ ਲਿਆ ਜਾਵੇ,
ਤੇ ਦੂਜਾ ਜਦੋਂ ਅਸੀਂ ਸੱਚੇ ਹਾਂ ਤਾਂ ਫਿਰ ਤੁਹਾਨੂੰ ਪੱਕੇ ਵੀ ਕੀਤਾ ਜਾਵੇ। ਤੇ ਸਰਕਾਰ ਕੋਲ ਬਹਾਨਾ ਇਹ ਹੈਗਾ ਵੀ ਤੁਸੀਂ ਕਿਹੜਾ ਸਾਡੇ ਮੁਲਾਜ਼ਮ ਹੈਗੇ ਹੋ, ਦਿਖਾਓ ਕਾਗਜ਼ ਸਾਡੇ ਤੁਸੀਂ ਕਿੱਥੇ ਮੁਲਾਜ਼ਮ ਹੈਗੇ ਹੋ। ਸੋ ਇਹ ਵੀ ਇੱਕ ਬਹੁਤ ਵੱਡਾ ਧੋਖਾ। ਸੋ ਚਾਹੀਦਾ ਇਹ ਹੈ ਕਿ ਇਸ ਵੇਲੇ ਪੀ ਆਰ ਟੀ ਸੀ ਜਿਹਨੂੰ ਅਸੀਂ ਪੈਣਾ ਫਿਰ ਕਰਨ ਦੀ ਗੱਲ ਕਰਦੇ ਹਾਂ, ਉਹਨੂੰ ਚਲਾਉਣ ਵਾਲੇ ਡਰਾਈਵਰ ਕੰਡਕਟਰ ਕਮੈਰੀਕਲ ਕਾਮੇ ਜਿਹੜੇ ਉਹ ਆਪਦੇ ਪਰਿਵਾਰਕ ਤੌਰ ਦੇ ਉੱਤੇ ਵੀ ਪੈਣਾ ਫਿਰ ਹੋਣ, ਜਿਹੜੇ ਤੋਂ ਸਰਕਾਰ ਕੁਛ ਨਹੀਂ ਕਰ ਰਹੀ। ਤੇ 14 ਤਰੀਕ ਦੀ ਮੀਟਿੰਗ ਹੈ ਜਿਹੜੀ ਉਹ ਲਿਖੀ ਗਈ ਹੈ ਇਹਨਾਂ ਮੁਲਾਜ਼ਮਾਂ ਦੇ ਨਾਲ ਮੁੱਖ ਮੰਤਰੀ ਦੀ, ਪਰ ਉਹਨਾਂ ਨੇ ਗੱਲ ਕਹੀ ਹੈ ਕਿ ਮੀਟਿੰਗ ਤੋਂ ਅਸੀਂ ਕੀ ਕਰਾਉਣਾ, ਮੀਟਿੰਗ ਤਾਂ ਤੁਸੀਂ ਬਹੁਤ ਸਾਰੇ ਵਰਗਾਂ ਦੇ ਨਾਲ ਹੋਰ ਵੀ ਕੀਤੀ ਹੈ ਪਰ ਮਸਲੇ ਦਾ ਹੱਲ ਕਦੇ ਨਹੀਂ ਹੋਇਆ ਤਾ। ਤੇ ਇਸ ਕਰਕੇ ਚਾਹੁੰਦੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਪ੍ਰਦਰਸ਼ਨ ਕਰਦੇ ਰਹਾਂਗੇ ਜੀ। ਸੋ ਖੈਰ ਅੱਜ ਦੇ ਲਈ ਸਰ ਇੰਨਾ ਹੀ, ਕੱਲ ਨੂੰ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।